ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਖੂਨਦਾਨ ਮਹਾਂਦਾਨ, ਸੋ ਜਿਹੜਾ ਆਪਣਾ ਖੂਨ ਹੈ ਇਹ ਨਾਲੀਆਂ ਦੇ ਵਿੱਚ ਨਹੀਂ ਵਗਣਾ ਚਾਹੀਦਾ, ਕਹਿੰਦੇ ਨੇ ਨਾੜੀਆਂ ਦੇ ਵਿੱਚ ਵਗਣਾ ਚਾਹੀਦਾ। ਸੋ ਖੂਨ ਦਿੱਤਾ ਕਦੇ ਵਿਅਰਥ ਨਹੀਂ ਜਾਂਦਾ, ਸੋ ਜਿਹੜਾ ਆਪਣਾ ਖੂਨਦਾਨ ਕਰਦੇ ਹਾਂ ਇਹ ਕਿਤੇ ਨਾ ਕਿਤੇ ਕੰਮ ਆਉਂਦਾ, ਕਿਸੇ ਦੀ ਜਾਨ ਬਚਾਉਂਦਾ। ਜੋ ਲਾਇਨਸ ਕਲੱਬ ਕੁਰਾਲੀ ਹੈ, ਸੋ ਇਹਨਾਂ ਦੇ ਵੱਲੋਂ ਵਿਸ਼ਵਕਰਮਾ ਮੰਦਿਰ ਕੁਰਾਲੀ ਦੇ ਵਿੱਚ ਬਲੱਡ ਡੋਨੇਸ਼ਨ ਦਾ ਕੈਂਪ ਲਗਾਇਆ ਗਿਆ ਹੈ। ਅਤੇ ਆਓ ਆਪਾਂ ਇੱਥੇ ਗੱਲਬਾਤ ਕਰਦੇ ਹਾਂ ਜੋ ਮੈਂਬਰ ਨੇ ਉਹਨਾਂ ਦੇ ਨਾਲ, ਅਤੇ ਤੁਹਾਨੂੰ ਇੱਥੋਂ ਦੀਆਂ ਤਸਵੀਰਾਂ ਵੀ ਦਿਖਾਉਂਦੇ ਹਾਂ। ਹਾਂਜੀ ਵੀਰ ਜੀ, ਆਪਣਾ ਸ਼ੁਭ ਨਾਮ ਜੀ? ਦੀਪਕ ਹੈ ਜੀ ਮੇਰਾ ਨਾਮ ਜੀ। ਸੋ ਅੱਜ ਖੂਨਦਾਨ ਕਰ ਰਹੇ ਹੋ, ਸੋ ਕੀ ਮਹਿਸੂਸ ਹੋ ਰਿਹਾ ਤੁਹਾਨੂੰ? ਵਧੀਆ ਮਹਿਸੂਸ ਹੋ ਰਿਹਾ, ਮੈਨੂੰ ਫੀਲਿੰਗ ਗੁੱਡ ਆਉਂਦੀ ਹੈ, ਜਿਵੇਂ ਕਿ ਆਪਾਂ ਕਿਸੇ ਨੂੰ ਜਾ ਕੇ ਆਪਾਂ ਮਦਦ ਤਾਂ ਕਰ ਨਹੀਂ ਸਕਦੇ ਜੀ, ਆਪਾਂ ਇੰਡੀਵਿਜੁਅਲੀ ਜਿਵੇਂ ਸਟਾਫ ਮੈਂਬਰਸ ਆਉਂਦੇ ਨੇ ਹੋਸਪਿਟਲ ਦੇ ਜੀ, ਇਹਨਾਂ ਦੇ ਥਰੂ ਆਪਾਂ ਕਿਸੇ ਨੂੰ ਆਪਾਂ ਬਲੱਡ ਦੇ ਆਪਾਂ ਡੋਨੇਟ ਕਰ ਦਈਏ ਜੀ, ਕਿਆ ਪਤਾ ਕਿਹੜੇ ਬੰਦੇ ਦੇ ਕੰਮ ਆ ਜੇ, ਕਿਹੋ ਜਿਹਾ ਬੰਦਾ ਹੋਣਾ ਕਿਹੋ ਜਿਹਾ ਨਹੀਂ ਆਪਾਂ ਤੁਹਾਨੂੰ ਤਾਂ ਨਹੀਂ ਪਤਾ, ਇਹਨਾਂ ਕੋਲ ਪਿਆ ਹੋਊਗਾ ਉੱਥੇ ਜਾ ਕੇ ਸਟੋਰ ਹੋ ਜਾਏਗਾ ਜੀ, ਜਾ ਕੇ ਉਹਨਾਂ ਦੇ ਕੰਮ ਆ ਜਾਏਗਾ। ਆਪਣੇ ਤਾਂ ਇਹੀ ਸੋਚ ਹੈ ਜੀ, ਆਪਣੇ ਨਾਲ ਚਲੋ ਜੇ ਇੱਕ ਬੋਤਲ ਆਪਾਂ ਜੇ ਕਿਸੇ ਨੂੰ ਆਪਾਂ ਦੇ ਵੀ ਦਿੱਤੀ, ਆਪਣਾ ਤਾਂ ਚਲੋ ਖਾ ਪੀ ਕੇ ਆ ਨਵਾਂ ਖੂਨ ਬਣ ਜਾਏਗਾ, ਬਿਲਕੁਲ ਜੀ, ਠੀਕ ਹੈ ਜੀ। ਉਹੀ ਇੱਕ ਬੋਤਲ ਕਿਆ ਪਤਾ ਕਿਸੇ ਦੀ ਅੱਧੀ ਬੋਤਲ ਇੱਕ ਕੰਮ ਆ ਜੇ, ਕੰਮ ਆ ਜਾਵੇ ਕਿਸੇ ਉਹ ਜ਼ਿੰਦਗੀ ਬਚ ਜੇ, ਜਾਂ ਜਾਨ ਬਚ ਜਾਵੇ ਜੀ, ਉਹ ਦੁਆ ਕਿੱਥੇ ਲੱਗਣੀ ਹੈ ਘੋਰਾ ਰੱਬ ਨੇ ਆਪੇ ਲਾ ਦੇਣੀ ਹੈ, ਉਹ ਰੱਬ ਦੇਖਦਾ ਵੀ ਇਹਨੇ ਖੂਨ ਦਿਆ ਤੇ ਉੱਥੇ ਲੱਗ ਗਿਆ, ਇਹਨੂੰ ਦੁਆ ਮੇਰੀ ਉੱਥੇ ਆਪੇ ਹੋ ਜਾਣੀ ਕਬੂਲ, ਆਪੇ ਹੋ ਜਾਣੀ ਹੈ ਜੀ। ਬਸ ਆਪਣੇ ਤਾਂ ਇਹ ਸੋਚ ਕੇ ਆਪਾਂ ਖੂਨਦਾਨ ਕਰੀਦਾ ਜੀ। ਓਕੇ, ਪਹਿਲਾਂ ਵੀ ਕਰਦੇ ਰਹਿੰਦੇ? ਪਹਿਲਾਂ ਕੋਈ ਮੈਂ 4 ਤੋਂ 5 ਵਾਰੀ ਮੈਂ ਕਰ ਚੁੱਕਿਆ। ਓਕੇ ਜੀ, ਇਹ ਮੇਰੇ ਖਿਆਲ 5ਵੀਂ 6ਵੀਂ ਵਾਰ ਹੈ ਮੇਰਾ ਜੀ। ਸੋ ਬਹੁਤ ਵਧੀਆ ਸੋਚ ਹੈ ਤੁਹਾਡੀ, ਕਿਉਂਕਿ ਆਪਾਂ ਕਿਸੇ ਦੇ ਕੰਮ ਆ ਸਕੀਏ ਕਿਸੇ ਦੀ, ਵੀ ਆਪਾਂ ਹੁਣ ਉਹਨੂੰ ਡਾਇਰੈਕਟ ਤਾਂ ਆਪਾਂ ਮਿਲ ਨਹੀਂ ਸਕਦੇ, ਮਿਲ ਨਹੀਂ ਸਕਦੇ, ਟਾਈਮ ਕਿਸੇ ਕੋਲ ਨਹੀਂ ਜੀ, ਸਭ ਔਨ ਡਿਊਟੀ ਹੈ, ਬਿਲਕੁਲ ਜੀ, ਬਹਾਨੇ ਸਿਰ ਐਂ ਹੁੰਦਾ ਵੀ ਚਲੋ 15 ਮਿੰਟ ਆਪਾਂ ਕੱਢ ਲਏ ਆ ਗਏ ਦੇ ਤਾ ਜੀ, ਆਪਾਂ ਸ਼ੋਅ ਆਫ ਨਹੀਂ ਕਰੀਦਾ ਜੀ, ਉਹ ਆਪਾਂ ਕਿੰਨਾ ਬਿਨਾਂ ਕਦੇ ਕਰਨਾ, ਬਿਲਕੁਲ ਜੀ, ਆਪਣੀ ਤਾਂ ਇਹੀ ਸੋਚ ਹੈ ਜੀ। ਥੈਂਕ ਯੂ, ਵੈਲਕਮ ਜੀ। ਆਪਣਾ ਸ਼ੁਭ ਨਾਮ ਜੀ? ਮੇਰਾ ਨਾਮ ਜਸਵੀਰ ਸਿੰਘ ਹੈ ਜੀ। ਜੀ, ਕਿੱਥੋਂ ਆਏ ਤੁਸੀਂ? ਮੈਂ
ਮੇਰਾ ਪਿੰਡ ਕੁਰਾਲੀ ਹੈ ਜੀ, ਨਾ ਆਪਣਾ ਗੋਸਲਾ ਪਿੰਡ ਹੈ ਜੀ, ਆਪਣਾ ਮੈਂ ਬੱਦੀ ਸਰਵਿਸ ਕਰਦਾ ਜੀ। ਕੱਲ੍ਹ ਪਤਾ ਲੱਗਿਆ ਸੀ ਮੈਨੂੰ ਕਿ ਖੂਨਦਾਨ ਕੈਂਪ ਲੱਗਣਾ ਵਿਸ਼ਵਕਰਮਾ ਮੰਦਰ 'ਚ, ਅਤੇ ਫਿਰ ਮੈਂ ਉੱਥੋਂ ਆਇਆ ਅਤੇ ਮੈਂ ਕਿਹਾ ਚਲੋ ਦੇਖ, ਜਿਹੜਾ ਖੂਨਦਾਨ ਹੈ ਜੀ ਬਹੁਤ ਵਧੀਆ ਗੱਲ ਹੈ ਜੀ, ਇਸ ਕਰਕੇ ਮੈਂ ਅੱਜ ਇੱਥੇ ਪਹੁੰਚਿਆ ਜੀ। ਸੋ ਅੱਜ ਤੁਸੀਂ ਖੂਨਦਾਨ ਕਰਤਾ? ਹਾਂਜੀ, 20 ਅੱਜ ਮੈਂ ਮੇਰਾ 20 ਵਾਰ ਹੋ ਗਿਆ ਜੀ। 20 ਵਾਰ ਹੋ ਗਿਆ ਜੀ, ਹਾਂਜੀ ਠੀਕ ਹੈ ਜੀ। ਸੋ 20 ਵਾਰ ਦੇ ਵਿੱਚ ਪਹਿਲਾਂ ਤੁਹਾਨੂੰ ਕੋਈ ਕਮੀ? ਕੋਈ ਨਹੀਂ, ਮਹਾਰਾਜ ਦੀ ਕਿਰਪਾ ਜੀ। ਹਾਂਜੀ, ਕੋਈ ਆਪਾਂ ਨਸ਼ਾ ਨਹੀਂ ਜੀ, ਕੋਈ ਸ਼ਰਾਬ ਨਹੀਂ, ਕੋਈ ਕੁਛ ਨਹੀਂ ਜੀ, ਬਸ ਇੰਨੀ ਕਿਰਪਾ ਜੀ। 20 ਵਾਰੀ ਅੱਜ ਹੋ ਗਿਆ ਜੀ ਭਗਵਾਨ ਦੀ ਕਿਰਪਾ ਨਾਲ। ਆਪਣਾ ਦਿੱਤਾ ਖੂਨ ਪਤਾ ਨਹੀਂ ਕਿੱਥੇ ਕਿੱਥੇ ਕੰਮ ਆਉਂਦਾ ਜੀ। ਹਾਂਜੀ, ਇਹ ਤਾਂ ਹੈ ਜੀ, ਜਿਹਨੂੰ ਆਪਾਂ ਜਾਣਦੇ ਵੀ ਨਹੀਂ, ਸ਼ਾਇਦ ਉਹਦੀ ਜਾਨ ਵੀ ਬਚ ਜਾਂਦੀ ਹੈ। ਠੀਕ ਹੈ, ਠੀਕ ਹੈ ਜੀ, ਠੀਕ ਹੈ। ਹਾਂਜੀ ਹਾਂਜੀ ਹਾਂ, ਸੋ ਇੱਦਾਂ ਦੇ ਉਪਰਾਲੇ ਹੋਣੇ ਚਾਹੀਦੇ। ਹਾਂਜੀ, ਮੈਂ ਵੀ ਬੱਚਿਆਂ ਨੂੰ ਕਹਿ ਕੇ ਆਇਆ, ਥੋੜ੍ਹੀ ਦੇਰ ਤੱਕ ਘਰ ਤੋਂ ਆਉਣਗੇ ਜੀ, ਗੁਸਲਾਂ ਤੋਂ ਆਉਣਗੇ। ਮੈਂ ਬੱਚਿਆਂ ਨੂੰ ਕਹਿ ਕੇ ਆਇਆ, ਉਹ ਕਹਿੰਦੇ ਡੈਡੀ ਤੁਸੀਂ ਦੇਖਿਓ ਪਹਿਲਾਂ ਵੀ ਚਾਲੂ ਹੋ ਗਿਆ ਜੀ ਕੰਮ। ਓਕੇ ਜੀ, ਹਾਂਜੀ ਹੁਣ ਆਵਾਂਗੇ। ਠੀਕ ਹੈ, ਤੁਹਾਡਾ ਬਹੁਤ ਧੰਨਵਾਦ ਜੀ। ਅਮਰਜੀਤ ਜੀ, ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਇੰਨਾ ਉਪਰਾਲਾ ਕਰਦੇ ਹਾਂ ਜੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਠੀਕ ਹੈ, ਹਾਂਜੀ, ਧਾਲੀਵਾਲ ਸਾਹਿਬ ਜੋ ਅੱਜ ਕੈਂਪ ਲਗਾਇਆ ਗਿਆ ਖੂਨਦਾਨ ਕੈਂਪ, ਪਹਿਲਾਂ ਵੀ ਤੁਸੀਂ ਬਹੁਤ ਵਧੀਆ ਉਪਰਾਲੇ ਕਰਦੇ ਰਹਿੰਦੇ ਹਾਂ, ਸੋ ਕੀ ਕਹੋਗੇ ਇਹਦੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਇਨ ਕਲੱਬ ਗ੍ਰੇਟਰ ਵੱਲੋਂ ਇਹ ਬਹੁਤ ਵਾਰੀ ਇਹ ਉਪਰਾਲੇ ਕੀਤੇ ਗਏ ਨੇ। ਇਸ ਤੋਂ ਪਹਿਲਾਂ ਵੀ ਅਸੀਂ ਇੱਕ ਡੈਂਟਲ ਚੈੱਕਅਪ ਕੈਂਪ ਖਾਲਸਾ ਸਕੂਲ ਵਿੱਚ ਲਗਾਇਆ ਸੀ, ਉਸ ਉਪਰੰਤ ਅਸੀਂ ਇਹ ਦੂਜਾ ਇੱਕ ਖੂਨਦਾਨ ਕੈਂਪ ਹੈ ਜੋ ਇਹ ਵਿਸ਼ਵਕਰਮਾ ਮੰਦਿਰ ਵਿੱਚ ਅੱਜ ਲਗਾਇਆ ਹੈ। ਉਸ ਦੇ ਸੰਬੰਧ ਵਿੱਚ ਸਾਡੇ ਜੋ ਪ੍ਰਧਾਨ ਜੀ ਨੇ ਕੰਗ ਸਾਹਿਬ, ਉਹਨਾਂ ਨੇ 37 ਸੈਕਟਰ ਦੇ ਡਾਕਟਰਾਂ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਇੱਕ ਖੂਨਦਾਨ ਕੈਂਪ ਹੈ ਜੋ ਕਿ ਵਿਸ਼ਵਕਰਮਾ ਮੰਦਿਰ ਵਿੱਚ ਲਗਾਉਣਾ ਚਾਹੁੰਦੇ ਹਾਂ। ਉਹਨਾਂ ਨੇ ਸਾਨੂੰ ਯੈਸ ਕਰਤੀ, ਉਹ ਅੱਜ ਐਤਵਾਰ ਦੇ ਦਿਨ ਇੱਥੇ ਵਿਸ਼ਵਕਰਮਾ ਮੰਦਿਰ ਵਿੱਚ ਇੱਕ ਖੂਨਦਾਨ ਕੈਂਪ ਦਾ ਆਰੰਭ ਕੀਤਾ ਗਿਆ ਲਾਇਨ ਕਲੱਬ ਗ੍ਰੇਟਰ ਵੱਲੋਂ। ਇਸ ਤੋਂ ਪਹਿਲਾਂ ਵੀ ਅਸੀਂ ਕਈ ਹੋਰ ਇਹੋ ਜਿਹੜੇ ਕੈਂਪ ਹੈ ਉਹ ਲਗਾ ਚੁੱਕੇ ਹਾਂ, ਅਤੇ ਇੱਕ ਅਸੀਂ ਪਸ਼ੂਆਂ ਵਾਸਤੇ ਹਰਾ ਚਾਰਾ ਪਾਉਣ ਦਾ ਵੀ ਇੱਕ ਕੈਂਪ ਅਸੀਂ ਪਹਿਲਾਂ ਔਰਗਨਾਈਜ਼ ਕਰ ਚੁੱਕੇ ਹਾਂ। ਉਸ ਤੋਂ ਪਹਿਲਾਂ ਅਸੀਂ ਇੱਕ ਸਿੰਘ ਭਗਵੰਤਪੁਰ ਸਕੂਲ ਦੇ ਵਿੱਚ ਸਾਰੇ ਕਲੱਬ ਵੱਲੋਂ, ਖਾਸ ਕਰ ਪ੍ਰਧਾਨ ਜੀ ਦੀ ਇਸ ਵਿੱਚ ਅਸੀਂ ਪ੍ਰਸ਼ੰਸਾ ਕਰਨੀ ਚਾਹੁੰਦੇ ਹਾਂ, ਜੇਕਰ ਸਮੇਂ ਨਾਲ ਉਹ ਇਹ ਕੈਂਪ ਹੈ ਜੋ ਉਹ ਲਗਾਉਂਦੇ ਰਹਿੰਦੇ ਨੇ। ਅਤੇ ਜਿਹੜਾ ਖੂਨਦਾਨ ਹੈ ਉਹ ਬਹੁਤ ਹੀ ਵਧੀਆ, ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ, ਇਸ ਕਰਕੇ ਇਹ ਜਿਹੜਾ ਕੈਂਪ ਹੈ ਇਹ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਨੇ, ਤਾਂ ਕਿ ਜੋ ਕਿਸੇ ਦੇ ਖੂਨ ਦਿੱਤਾ ਜਾ ਸਕੇ ਅਤੇ ਕਿਸੇ ਦੀ ਜਾਨ ਬਚਾਈ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੰਗ ਸਾਹਿਬ, ਤੁਸੀਂ ਇਸ ਕਲੱਬ ਦੇ ਪ੍ਰਧਾਨ ਵੀ ਹੋ ਅਤੇ ਵਧੀਆ ਵਧੀਆ ਤੁਸੀਂ ਗਤੀਵਿਧੀਆਂ ਕਰਦੇ ਰਹਿੰਦੇ ਹੋ, ਅਤੇ ਅੱਜ ਵੀ ਇਹ ਬਹੁਤ ਅੱਛਾ ਤੁਸੀਂ ਬਲੱਡ ਡੋਨੇਸ਼ਨ ਦਾ ਕੈਂਪ ਲਗਾਇਆ, ਸੋ ਇਸ ਤਰ੍ਹਾਂ ਦੀਆਂ ਹੋਰ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਅਤੇ ਆਪਣਾ ਸਹਿਯੋਗ ਕਿਹਨਾਂ ਕਿਹਨਾਂ ਦਾ ਤੁਹਾਡੇ ਨਾਲ ਹੁੰਦਾ? ਸਤਿ ਸ਼੍ਰੀ ਅਕਾਲ ਜੀ, ਆਪਾਂ ਸਾਰੀਆਂ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਕਰਦੇ ਹਾਂ। ਪਿੱਛੇ ਜਿਸ ਤਰ੍ਹਾਂ ਹੁਣ ਸਾਡੇ ਧਾਲੀਵਾਲ ਸਾਹਿਬ ਜੀ ਨੇ ਦੱਸਿਆ ਆਪਾਂ ਡੈਂਟਲ ਚੈੱਕਅਪ ਕਰਿਆ, ਇੱਦਾਂ ਆਪਾਂ ਕਦੇ ਟ੍ਰੀ ਪਲਾਂਟੇਸ਼ਨ ਦਾ ਹੁੰਦਾ, ਤਾਂ ਇੱਦਾਂ ਜਿੰਨੇ ਵੀ ਆਪਣੇ ਸਮਾਜ ਭਲਾਈ ਦੇ ਕੰਮ ਸਾਡੇ ਤੋਂ ਬਣਦੇ ਹਾਂ ਉਨੇ ਆਪਾਂ ਅਸੀਂ ਕਰਦੇ ਹਾਂ। ਵੱਧ ਤੋਂ ਵੱਧ ਸਾਡੀ ਕੋਸ਼ਿਸ਼ ਹੁੰਦੀ ਵੀ ਅਸੀਂ ਸਮਾਜ ਭਲਾਈ ਦੇ ਕੰਮ ਕਰੀਏ ਅਤੇ ਲੋਕਾਂ ਦੀ ਅਸੀਂ ਮਦਦ ਕਰੀਏ ਜੀ। ਸੋ ਆਪਣੇ ਨਾਲ ਕਿਹੜੇ ਕਿਹੜੇ ਮੈਂਬਰ ਨੇ? ਸਾਡੇ ਨਾਲ ਸਾਡੇ ਕੈਪਟਨ ਅਮਰੀਕ ਸਿੰਘ ਭੱਟੀ ਜੀ, ਇਹ ਸਾਡੇ ਇਸ ਕਲੱਬ ਦੇ ਇਸ ਬਲੱਡ ਡੋਨੇਸ਼ਨ ਕੈਂਪ ਦੇ ਚੇਅਰਪਰਸਨ ਵੀ ਨੇ, ਇਹ ਸਭ ਕੁਛ ਇਹਨਾਂ ਦੀ ਦੇਖ ਰੇਖ ਦੇ ਵਿੱਚ ਹੋ ਰਿਹਾ ਜੀ। ਸੋ ਜਿਹੜੀ ਟੀਮ ਆਈ ਹੈ ਆਪਣੀ ਡਾਕਟਰ, ਇਹ 37 ਸੈਕਟਰ ਤੋਂ ਰੋਟਰੀ ਬਲੱਡ ਬੈਂਕ ਵਾਲਿਆਂ ਦੀ ਟੀਮ ਹੈ, ਅਤੇ ਉਹਨਾਂ ਦਾ ਬਹੁਤ ਸਾਡਾ ਸਹਿਯੋਗ ਹੈ ਜੋ ਇਹਨਾਂ ਨੂੰ ਉਰੇ ਸਾਡੇ, ਸਾਨੂੰ ਉਹਨਾਂ ਨੇ ਸਮਾਂ ਦਿੱਤਾ ਅਤੇ ਅੱਜ ਉਹ ਸੰਡੇ ਦੇ ਦਿਨ ਉਹਨਾਂ ਨੇ ਉਰੇ ਸਾਡਾ ਪ੍ਰਬੰਧ ਕੀਤਾ ਉਰੇ ਜੀ। ਸੋ ਬੜੀ ਖੁਸ਼ੀ ਦੀ ਗੱਲ ਹੈ, ਸੋ ਸਾਡੇ ਵੱਲੋਂ ਵੀ
ਤੁਹਾਨੂੰ ਇਹ ਮੁਬਾਰਕਾਂ ਦੁਆਵਾਂ ਨੇ। ਸੋ ਇੱਦਾਂ ਦੀਆਂ ਗਤੀਵਿਧੀਆਂ ਕਰਦੇ ਰਹੋ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਡਾਕਟਰ ਮਨੀਸ਼ ਜੀ, ਆਪਣੀ ਇਹ ਟੀਮ ਆ ਮਤਲਬ ਕਿ ਰੋਟਰੀ ਕਲੱਬ ਦੇ ਵੱਲੋਂ ਆਈ ਹੈ? ਹਾਂਜੀ, ਟੀਮ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ ਚੰਡੀਗੜ੍ਹ ਵੱਲੋਂ ਆਈ ਹੈ ਅਤੇ ਅਸੀਂ ਸਾਲ 'ਚ 250 ਕੈਂਪ ਕਰਦੇ ਹਾਂ। ਸ਼ੁਕਰਗੁਜ਼ਾਰ ਹੈ ਰੋਟਰੀ ਕਲੱਬ ਕੁਰਾਲੀ ਗ੍ਰੇਟਰ ਦਾ ਅਤੇ ਪੂਰੀ ਟੀਮ ਦਾ ਅਤੇ ਬਲੱਡ ਡੋਨਰਸ ਦਾ ਜਿਹੜੇ ਅੱਗੇ ਆ ਕੇ ਇਸ ਮੁਹਿੰਮ ਵਿੱਚ ਜੁੜੇ ਹੈ ਅਤੇ ਜ਼ਰੂਰਤਮੰਦ ਮਰੀਜ਼ਾਂ ਦੀ ਹੈਲਪ ਲਈ ਅੱਗੇ ਆਏ ਹਾਂ। ਬਿਲਕੁਲ ਜੀ। ਸੋ ਜਿਹੜਾ ਖੂਨ ਦਾਨ ਮਤਲਬ ਕਿ ਕੀਤਾ ਜਾਂਦਾ, ਇਹਦੇ ਮਤਲਬ ਕਿ ਬੈਨੀਫਿਟ ਮਤਲਬ ਕਿੰਨੇ ਕੁ? ਸਭ ਤੋਂ ਵੱਡਾ ਬੈਨੀਫਿਟ ਤਾਂ ਜੀ ਪੇਸ਼ੈਂਟ ਲਈ ਹੈ, ਕਿਸੇ ਦੀ ਜ਼ਿੰਦਗੀ ਬਚਦੀ ਹੈ, ਚਾਹੇ ਜਿਹਨੂੰ ਚਾਹੇ ਉਹਦਾ ਓਪਰੇਸ਼ਨ ਹੈ, ਚਾਹੇ ਕਿਸੇ ਦੀ ਡਿਲੀਵਰੀ ਹੈ, ਅਤੇ ਚਾਹੇ ਕੋਈ ਪੇਸ਼ੈਂਟ ਹੋਸਪਿਟਲ 'ਚ ਐਡਮਿਟ ਹੈ, ਅਤੇ ਕਈ ਤਰ੍ਹਾਂ ਦੀ ਬਿਮਾਰੀਆਂ ਜਿਸ 'ਚ ਬਲੱਡ ਪਲਾਜ਼ਮਾ ਅਤੇ ਪਲੇਟਲੈਟਸ ਦੀ ਲੋੜ ਪੈਂਦੀ ਹੈ, ਅਤੇ ਜਿਹੜੇ ਖੂਨਦਾਨ ਕਰਦੇ ਆ ਇਹਨਾਂ ਨੂੰ ਪ੍ਰੋਸੈਸ ਕਰਕੇ ਉਹਨਾਂ 'ਚੋਂ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈ। ਜਿਹੜਾ ਜੋ ਡੋਨਰ ਹੈ ਉਹ ਤਾਂ ਸਭ ਤੋਂ ਵੱਡੀ ਖੁਸ਼ੀ ਹੈ ਕਿ ਉਹਨੂੰ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ, ਇੱਕ ਸੈਟਿਸਫੈਕਸ਼ਨ, ਇੱਕ ਸੋਸ਼ਲ ਸਰਵਿਸ ਕਰਨ ਦੀ ਜਿਹੜਾ ਹੈਗਾ ਉਹਦੀ ਕੋਈ ਰੀਸ ਨਹੀਂ। ਦੂਜੀ ਗੱਲ ਹੈ ਉਹਦਾ ਆਪਣੇ ਹੈਲਥ ਬੈਨੀਫਿਟ, ਆਪਣੇ ਮੈਡੀਕਲ ਹੈਲਥ ਬੈਨੀਫਿਟ ਬਹੁਤ ਨੇ। ਜਿੱਦਾਂ ਜਿਹੜੇ ਰੈਗੂਲਰ ਬਲੱਡ ਦਿੰਦੇ ਰਹਿੰਦੇ ਆ ਉਹਨਾਂ ਦੇ ਸਰੀਰ 'ਚ ਰੈਗੂਲਰ ਬਲੱਡ ਦੀ ਮਾਤਰਾ ਜਿਹੜੀ ਹੈ ਜਿਹੜੇ ਉਹ ਰਿਪਲੈਨਿਸ਼ ਹੁੰਦੇ ਰਹਿੰਦੇ ਆ, ਉਹਨਾਂ ਪ੍ਰੋਪਰ ਫਰੈਸ਼ ਬਣਦੇ ਰਹਿੰਦੇ ਆ, ਉਹਦੇ ਨਾਲ ਉਹਨਾਂ ਨੂੰ ਵੱਡੀ ਉਮਰ 'ਚ ਜਾ ਕੇ ਦਿਲ ਦੀ ਬਿਮਾਰੀਆਂ, ਕੈਂਸਰ, ਇਸ ਤਰ੍ਹਾਂ ਦੀ ਬਿਮਾਰੀਆਂ ਦੀ ਚਾਂਸਿਸ ਬਹੁਤ ਘੱਟ ਜਾਂਦੇ ਨੇ। ਸਰੀਰ 'ਚ ਅੰਦਰ ਇੰਟਰਨਲ ਹੀਲਿੰਗ ਹੁੰਦੀ ਹੈ ਅਤੇ ਕਹਿੰਦੇ ਅੰਦਰ ਦੇ ਸਰੀਰ ਦੇ ਜ਼ਖਮਾਂ ਦਾ ਕੀ ਕਹਿੰਦੇ ਰਿਕਵਰੀ ਹੁੰਦੀ ਹੈ। ਇਸ ਤਰ੍ਹਾਂ ਦੀ ਇੱਕ ਜਿਹੜੀ ਆਪਣੀ ਮੈਂਟਲ ਸੈਟਿਸਫੈਕਸ਼ਨ ਹੈ ਕਿ ਅੱਜ ਕਿਸੇ ਲਈ ਅਸੀਂ ਕਿਸੇ ਨੂੰ ਕੁਛ ਕੀਤਾ, ਜਿਹੜੀ ਖੁਸ਼ੀ ਮਿਲਦੀ ਹੈ ਉਹਦੀ ਕੋਈ ਰੀਸ ਨਹੀਂ ਜੀ। ਜੀ, ਸੋ ਜਿਹੜਾ ਹਾਰਟ ਅਟੈਕ ਹੁੰਦਾ ਉਹ ਵੀ ਮਤਲਬ ਕਿ ਖੂਨ ਗਾੜੇ ਦੇ ਨਾਲ ਹੁੰਦਾ? ਨਹੀਂ, ਹਾਰਟ ਅਟੈਕ ਦੇ ਤਾਂ ਕਈ ਸਾਰੇ ਰੀਜ਼ਨ ਹੁੰਦੇ ਆ ਅਤੇ ਲੇਕਿਨ ਜਿਹਨੂੰ ਹਾਰਟ ਦੀ ਬਿਮਾਰੀ ਹੈ ਉਹ ਖੂਨ ਨਹੀਂ ਦੇ ਸਕਦੇ, ਲੇਕਿਨ ਇਹ ਕਿ ਜਿਹੜਾ ਜ਼ਰੂਰਤਮੰਦ ਹੈਲਦੀ ਹੋਵੇ ਉਹਨੂੰ ਬਲੱਡ ਜ਼ਰੂਰ ਦੇਣਾ ਚਾਹੀਦਾ। ਇਹਦਾ ਜਿਹੜਾ ਖੂਨਦਾਨ ਹੈ ਇਹਦਾ ਹਾਰਟ ਅਟੈਕ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ, ਲੇਕਿਨ ਇਹ ਕਿ ਜਿਹੜਾ ਹਾਰਟ ਅਟੈਕ ਦੇ ਕਈ ਸਾਰੇ ਰੀਜ਼ਨ ਹੈ, ਫੈਮਿਲੀ ਰੀਜ਼ਨ, ਜੈਨੇਟਿਕ ਫੈਮਿਲੀ ਰੀਜ਼ਨਸ ਹੈ, ਜਾਂ ਉਹਦਾ ਜਿਹੜੇ ਕੋਈ ਜੇ ਪ੍ਰੋਬਲਮ ਹੈ ਬੇਸ ਲਾਈਨ ਕੋਈ ਪ੍ਰੋਬਲਮ ਹੈ, ਜਾਂ ਉਹਦੀ ਕੋਈ ਲਾਈਫ ਸਟਾਈਲ ਠੀਕ ਨਹੀਂ ਹੈ, ਹਾਈਪਰ ਟੈਨਸ਼ਨ ਹੈ, ਕੋਲੈਸਟ੍ਰੋਲ ਹਾਈ ਹੈ, ਮਤਲਬ ਬਹੁਤ ਸਾਰੀ ਚੀਜ਼ਾਂ ਜਿਹੜੀ ਇਵੈਂਚੁਅਲੀ ਹਾਰਟ ਦੀ ਡਿਜ਼ੀਜ਼ ਨੂੰ ਕਰਦੀਆਂ। ਬਟ ਲੇਕਿਨ ਇਹ ਕਿ ਜਿਹੜੇ ਆਪਣੇ ਯੰਗ ਏਜ ਵਿੱਚ, ਮਿਡਲ ਏਜ ਵਿੱਚ ਰੈਗੂਲਰ ਬਲੱਡ ਦਿੰਦੇ ਰਹਿੰਦੇ ਆ, ਉਹਨਾਂ ਨੂੰ ਓਲਡ ਏਜ ਵਿੱਚ ਜਾ ਕੇ ਦਿਲ ਦੀ ਬਿਮਾਰੀਆਂ ਹੋਣ 'ਤੇ ਬਹੁਤ ਘੱਟ ਚਾਂਸ ਹੋ ਜਾਂਦੇ ਆ। ਜੀ ਜੀ, ਥੈਂਕ ਯੂ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਫੋਰ ਟਾਈਮ। ਹਾਂਜੀ, ਲਲਿਤ ਬਹਿਲ ਜੀ, ਨਮਸਕਾਰ ਜੀ। ਨਮਸਕਾਰ ਜੀ, ਨਮਸਕਾਰ ਜੀ। ਸੋ ਅੱਜ ਤੁਸੀਂ ਇੱਥੇ ਸ਼ਿਰਕਤ ਕੀਤੀ ਹੈ ਜੋ ਲਾਇਨਸ ਕਲੱਬ ਨੇ ਆਪਣਾ ਬਲੱਡ ਡੋਨੇਸ਼ਨ ਦਾ ਕੈਂਪ ਲਗਾਇਆ, ਸੋ ਤੁਸੀਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋ, ਸੋ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇਸ ਇਹੋ ਜਿਹੇ ਜੋ ਉਪਰਾਲੇ ਕੀਤੇ ਜਾਂਦੇ ਨੇ? ਦੇਖੋ ਜੀ, ਸਭ ਤੋਂ ਪਹਿਲਾਂ ਇਹ ਵਿਸ਼ੇਸ਼ ਤੌਰ 'ਤੇ ਤਾਂ ਮੈਂ ਇੱਥੇ ਪਹੁੰਚਿਆ ਨਹੀਂ, ਕਿਉਂਕਿ ਇਹ ਮੇਰਾ ਆਪਣਾ ਘਰ ਦਾ ਕਲੱਬ ਹੈਗਾ ਅਤੇ ਇੱਥੇ ਆਉਣਾ ਤਾਂ ਮੀਨਸ ਮੇਰੇ ਵਾਸਤੇ ਇੱਕ ਬਹੁਤ ਖੁਸ਼ੀ ਹੁੰਦੀ ਹੈ ਵੀ ਜਿਵੇਂ ਮੈਂ ਆਪਣੇ ਪਰਿਵਾਰ 'ਚ ਆ ਗਿਆ ਹੈਗਾ। ਸਾਡੀ ਜਿਹੜੀ ਡਿਸਟ੍ਰਿਕਟ ਹੈਗੀ ਹੈ ਜੀ, ਉਹ 321F ਹੈਗੀ ਹੈ, ਜਿਹੜੀ ਕਿ ਸਾਰੇ ਮਾਲਵਾ ਏਰੀਆ ਦੇ ਵਿੱਚ ਫੈਲੀ ਹੋਈ ਹੈ, ਮੀਨਸ ਚੰਡੀਗੜ੍ਹ ਤੋਂ ਲੈ ਕੇ ਇੱਧਰ ਬਠਿੰਡਾ ਹੋ ਗਿਆ, ਫਿਰੋਜ਼ਪੁਰ ਹੋ ਗਿਆ, ਇਹ ਸਾਰੇ ਤਕਰੀਬਨ ਸਾਡੇ 158 ਕਲੱਬ ਹੈਗੇ ਨੇ ਔਰ ਤਕਰੀਬਨ 6,700 ਮੈਂਬਰ ਜਿਹੜੇ ਹੈਗੇ ਨੇ ਮੇਰੀ ਡਿਸਟ੍ਰਿਕਟ ਦੇ ਵਿੱਚ ਹੈਗੇ ਨੇ, ਅਤੇ ਮੈਂ ਪਾਸ ਡਿਸਟ੍ਰਿਕਟ ਗਵਰਨਰ ਹੈਗਾ ਇਸ ਡਿਸਟ੍ਰਿਕਟ ਦਾ। ਅਤੇ ਹਰੇਕ ਕਲੱਬ ਜਿਹੜਾ ਹੈਗਾ ਜੀ, ਉਹ ਮਾਨਵਤਾ ਦੀ ਸੇਵਾ ਦੇ ਵਿੱਚ ਦਿਨ ਰਾਤ ਲੱਗਿਆ ਹੋਇਆ ਹੈਗਾ, ਕਿਤੇ ਬਲੱਡ ਡੋਨੇਸ਼ਨ ਕੈਂਪ ਲੱਗ ਰਹੇ ਨੇ। ਮੇਰਾ ਆਪਣਾ ਹੋਮ ਕਲੱਬ ਹੈਗਾ ਚੰਡੀਗੜ੍ਹ ਸੈਂਟਰਲ, ਅੱਜ ਅਸੀਂ ਆਈ ਓਪਰੇਸ਼ਨ ਕੈਂਪ ਦਾ ਆਯੋਜਨ ਕੀਤਾ ਹੋਇਆ,
ਅਤੇ ਮੈਂ ਕਿਹਾ ਮੀਨਸ ਉੱਥੇ ਤਾਂ ਮੇਰੇ ਹੋਰ ਜਿਹੜੇ ਹੈਗੇ ਨੇ ਮੈਂਬਰ ਸੰਭਾਲ ਲੈਣਗੇ, ਪਰ ਮੈਂ ਆਪਣੇ ਦੂਸਰੇ ਸੈਕਿੰਡ ਹੋਮ ਕਲੱਬ ਦੇ ਵਿੱਚ ਆਉਣਾ ਮੈਂ ਜ਼ਿਆਦਾ ਜ਼ਰੂਰੀ ਸਮਝਿਆ, ਤਾਂ ਇਸ ਇੱਥੇ ਮੈਂ ਪਹੁੰਚਿਆ ਅਤੇ ਬਹੁਤ ਖੁਸ਼ੀ ਹੋਈ ਹੈ। ਤੋ ਮੈਂ ਇਹੀ ਕਹਿੰਦਾ ਹੈਗਾ ਜੀ, ਜਿਸ ਤਰੀਕੇ ਦੇ ਨਾਲ ਵਾਹਿਗੁਰੂ ਨੇ ਇਹਨਾਂ ਨੂੰ ਹਿੰਮਤ ਦਿੱਤੀ ਹੈ ਸਾਰੇ ਮੈਂਬਰਾਂ ਨੂੰ, ਇਹ ਨਿਸ਼ਕਾਮ ਸੇਵਾ ਜਿਹੜੀ ਹੈਗੀ ਸਮਾਜ ਦੇ ਪ੍ਰਤੀ ਇਹ ਕਰ ਰਹੇ ਹੈਗੇ ਨੇ, ਅਤੇ ਵਾਹਿਗੁਰੂ ਹੋਰ ਇਹਨਾਂ ਨੂੰ ਹਿੰਮਤ ਦੇਵੇ ਅਤੇ ਇੰਝ ਹੀ ਇਹ ਮਾਨਵਤਾ ਦੀ ਸੇਵਾ ਦੇ ਵਿੱਚ ਲੱਗੇ ਰਹਿਣ ਜੀ। ਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਗੱਲ ਕਰਨ ਦੇ ਲਈ। ਥੈਂਕ ਯੂ ਜੀ। ਅਤੇ ਬਾਕੀ ਇੱਕ ਹੋਰ ਮੈਂ ਕਹਿਣਾ ਚਾਹੁੰਦਾ ਹੈਗਾ, ਮੀਨਸ ਇਹ ਜਿਵੇਂ ਤੁਸੀਂ ਆਪਣਾ ਕੀ ਕਹਿੰਦੇ ਮੀਡੀਆ ਦੇ ਵਿੱਚ ਵੀ ਇਹਨੂੰ ਟੈਲੀਕਾਸਟ ਕਰੋਗੇ, ਤਾਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਹੈਗਾ ਕਿ ਸਾਡੇ ਸਾਰੇ ਗ੍ਰੰਥਾਂ ਦੇ ਵਿੱਚ, ਈਵਨ ਤੁਸੀਂ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਕਿ ਦਸਵੰਧ ਜਿਹੜਾ ਹੈਗਾ ਆਪਣੀ ਕਮਾਈ 'ਚੋਂ ਕੱਢਣਾ ਚਾਹੀਦਾ ਹੈਗਾ, ਜਿਹੜਾ ਕਿ ਇਹ ਲੋੜਵਿੰਦੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਦੇ ਕੰਮ ਆ ਸਕੇ। ਅਤੇ ਇਹ ਜਿਹੜਾ ਹੈਗਾ ਬਹੁਤ ਵਧੀਆ ਕੈਂਪ ਹੈਗਾ, ਜਿਵੇਂ ਬਲੱਡ ਡੋਨੇਸ਼ਨ ਤੁਹਾਨੂੰ ਪਤਾ ਹੀ ਹੈਗਾ ਜੀ, ਬੜੀ ਸਕੇਅਰਸਿਟੀ ਚੱਲ ਰਹੀ ਹੈ ਚਾਰੋਂ ਪਾਸੇ, ਅਤੇ ਇਹ ਬਲੱਡ ਦੇਣ ਦੇ ਨਾਲ ਮੇਰੇ ਖਿਆਲ ਦੇ ਨਾਲ ਇੱਕ ਬਲੱਡ ਦਾ ਜਿਹੜਾ ਯੂਨਿਟ ਹੈ ਉਹਨੂੰ ਕਈ ਤਰੀਕਿਆਂ ਦੇ ਨਾਲ ਪ੍ਰੋਸੈਸ ਕਰਕੇ ਉਹਦੇ 'ਚ ਪਲੈਟਲੇਟ ਅਲੱਗ ਕਰ ਲਿੱਤੇ ਜਾਂਦੇ ਨੇ, ਬਹੁਤ ਹੀ ਜਾਨਾਂ ਜਿਹੜੀਆਂ ਹੈਗੀਆਂ ਉਹਦੇ 'ਚ ਬਚ ਸਕਦੀਆਂ ਹੈਗੀਆਂ। ਅਤੇ ਮੈਂ ਇੱਕ ਹੋਰ ਅਪੀਲ ਕਰਨਾ ਚਾਹਾਂਗਾ ਆਪਣੇ ਕੁਰਾਲੀ ਕਲੱਬ ਨੂੰ ਵੀ ਆਈ ਡੋਨੇਸ਼ਨ 'ਤੇ ਵੀ ਇਹ ਕੁਛ ਪ੍ਰੋਗਰਾਮ ਕਰਨ, ਕਿਉਂਕਿ ਬਹੁਤ ਜਿਹੜੇ ਹੈਗੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇੱਕ ਬੰਦੇ ਨੂੰ ਜਿਹਨੂੰ ਬਿਲਕੁਲ ਨਹੀਂ ਦਿਖਦਾ, ਸਾਰੀ ਉਮਰ ਹਨੇਰਾ ਰਿਹਾ ਉਹਦੀਆਂ ਅੱਖਾਂ 'ਚ, ਅਤੇ ਅਸੀਂ ਮਰਨ ਤੋਂ ਬਾਅਦ ਜਿਹੜੀ ਸਾਡੀਆਂ ਅੱਖਾਂ ਜਿਹੜੀਆਂ ਹੈਗੀਆਂ ਬਿਲਕੁਲ ਮਿੱਟੀ ਦੀ ਇੱਕ ਚੁਟਕੀ ਬਣ ਜਾਣੀ ਹੈਗੀ ਹੈ, ਅਤੇ ਉਹ ਅੱਖਾਂ ਜਿਹੜੀਆਂ ਹੈਗੀਆਂ ਇੱਕ ਅੱਖ ਦੇ ਨਾਲ, ਕੈਨ ਯੂ ਬਿਲੀਵ, ਅੱਜ ਕੱਲ੍ਹ ਇਹੋ ਜਿਹੀ ਟੈਕਨੋਲੋਜੀ ਆ ਗਈ ਹੈ, ਕੋਰਨੀਆ ਸਲਾਈਸ ਕਰ ਲੈਂਦੇ ਹੈਗੇ ਨੇ, ਅਤੇ ਇੱਕ ਅੱਖ ਦੇ ਨਾਲ 5 ਬੰਦੇ ਵੀ ਦੇਖ ਸਕਦੇ ਹੈਗੇ ਨੇ। ਸੋ ਯੂ ਕੈਨ ਵੈਰੀ ਵੈਲ ਇਮੈਜਿਨ ਵੀ ਮਰਨ ਤੋਂ ਬਾਅਦ ਵੀ ਤੁਸੀਂ 10 ਬੰਦਿਆਂ ਦੀਆਂ ਅੱਖਾਂ ਦੇ ਵਿੱਚ ਰੋਸ਼ਨੀ ਬਣ ਕੇ ਜਿੰਦਾ ਰਹਿੰਦੇ ਹੋ ਹਮੇਸ਼ਾ ਵਾਸਤੇ। ਅਤੇ ਮੇਰੀ ਸਭ ਤੋਂ ਵੱਡੀ ਅਪੀਲ ਇਹੀ ਹੈਗੀ ਹੈ ਸਾਰਿਆਂ ਨੂੰ, ਇੱਥੇ ਦੇ ਕੁਰਾਲੀ ਦੇ ਨਿਵਾਸੀਆਂ ਨੂੰ ਵੀ ਆਪਣੀ ਆਈ ਡੋਨੇਸ਼ਨ ਜਿਹੜੀ ਹੈਗੀ ਹੈ ਆਪਣੀ ਮੌਤ ਤੋਂ ਬਾਅਦ ਉਹ ਜ਼ਰੂਰ ਕਰਨ, ਅਦਰਵਾਈਜ਼ ਤਾਂ ਮਿੱਟੀ ਹੋ ਜਾਂਦਾ ਹੈਗਾ ਸਾਰਾ ਕੁਛ, ਅਤੇ ਇਹ ਕਿਸੇ ਦੇ ਕੰਮ ਆ ਸਕੀਏ ਅਸੀਂ, ਅਤੇ ਮੇਰੇ ਖਿਆਲ ਇਸ ਤੋਂ ਵੱਡੀ ਕੋਈ ਦੇਣ ਨਹੀਂ ਹੋ ਸਕਦੀ, ਕੋਈ ਦਾਨ ਨਹੀਂ ਹੋ ਸਕਦਾ, ਔਰ ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਨਾਲ ਜਾਣੀਆਂ ਹੈਗੀਆਂ ਅਗਲੇ ਜਨਮ ਦੇ ਵਿੱਚ। ਥੈਂਕ ਯੂ ਵੈਰੀ ਮੱਚ। ਤਨ ਮਨ ਧਨ ਦੇ ਨਾਲ ਤਾਂ ਬੰਦਾ ਸਾਰੀ ਜ਼ਿੰਦਗੀ ਸੇਵਾ ਕਰਦਾ ਹੀ ਰਹਿੰਦਾ, ਇਹ ਇੱਕ ਖੂਨ ਪਸੀਨੇ ਦੀ ਕਮਾਈ ਆ ਗਈ। ਬਿਲਕੁਲ ਜੀ ਬਿਲਕੁਲ, ਇਹ ਮਿਥਸ ਬੜੀਆਂ ਉਹ ਚੱਲੀਆਂ ਹੋਈਆਂ ਮਿਥਸ ਹੈਗੀਆਂ ਵੀ ਹਾਂ ਜੇ ਅੱਖਾਂ ਦਾਨ ਕਰ ਦਾਂਗੇ ਅਗਲੇ ਜਨਮ ਦੇ ਵਿੱਚ ਅੰਨੇ ਹੋਵਾਂਗੇ, ਇਹ ਬਿਲਕੁਲ ਬੇਫਜ਼ੂਲ ਹੈਗੀ ਹੈ। ਮੈਂ ਪਿੱਛੇ ਗਿਆ ਹੋਇਆ ਸੀਗਾ ਸ਼੍ਰੀਲੰਕਾ, ਛੋਟੀ ਜਿਹੀ ਕੰਟਰੀ ਹੈ, ਔਰ ਉਹਦੇ 'ਚ 80% ਲੋਕ ਜਿਹੜੇ ਹੈਗੇ ਨੇ ਮਰਨ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਦੇ ਹੈਗੇ ਨੇ। ਉਹ ਉੱਥੋਂ ਦੀ ਜਿਹੜਾ ਕੋਰਨੀਆ ਜਿਹੜਾ ਹੈਗਾ ਉਹ ਆਲ ਓਵਰ ਵਰਲਡ ਜਿਹੜਾ ਹੈਗਾ ਉਹ ਐਕਸਪੋਰਟ ਵੀ ਹੁੰਦਾ ਹੈਗਾ, ਅਤੇ ਤੁਸੀਂ ਵੈਰੀ ਵੈਲ ਇੱਥੇ ਸਾਡੇ ਹਿੰਦੁਸਤਾਨ ਦੇ ਵਿੱਚ ਮੇਰੇ ਖਿਆਲ 2% ਵੀ ਲੋਕ ਨਹੀਂ ਹੈਗੇ ਨੇ ਜਿਹੜੀਆਂ ਕਿ ਆਪਣੀਆਂ ਅੱਖਾਂ ਦਾਨ ਕਰਦੇ ਹੈਗੇ ਨੇ। ਤੋ ਮੇਰੀ ਇਹੀ ਅਪੀਲ ਹੈਗੀ ਹੈ ਸਭ ਨੂੰ ਵੀ ਕਿਸੇ ਦੇ ਕੰਮ ਆ ਸਕੀਏ, ਸਾਡਾ ਮ੍ਰਿਤਕ ਸਰੀਰ ਜਿਹੜਾ ਕਿ ਬਿਲਕੁਲ ਜਲਣ ਤੋਂ ਬਾਅਦ ਸਵਾਹ ਹੋ ਜਾਣਾ ਹੈਗਾ, ਸਾਰੀ ਮਿਥ ਤੁਹਾਨੂੰ ਡਬਲ ਜ਼ਿੰਦਗੀ ਮਿਲ ਸਕਦੀ ਹੈਗੀ ਹੈ, ਮੀਨਸ ਤੁਸੀਂ ਮਰਨ ਤੋਂ ਬਾਅਦ ਵੀ ਜ਼ਿੰਦਾ ਰਹਿ ਸਕਦੇ ਹੋ ਕਿਸੇ ਦੀ ਅੱਖਾਂ ਦੀ ਰੋਸ਼ਨੀ ਬਣ ਕੇ। ਜੀ ਥੈਂਕ ਯੂ ਵੈਰੀ ਮੱਚ। ਥੈਂਕ ਯੂ ਥੈਂਕ ਯੂ ਵੈਰੀ ਮੱਚ।